ਦੋਸਤੋ, ਕੀ ਤੁਸੀਂ ਵੀ ਫੋਨ ਦੇ ਕਵਰ 'ਚ ਰੱਖਦੇ ਹੋ ਨੋਟ ਜਾਂ ਕਾਰਡ? ਭੁੱਲ ਕੇ ਵੀ ਨਾ ਦੁਬਾਰਾ ਨਾ ਕਰਿਓ ਇਹ ਗਲਤੀ, ਨਹੀਂ ਤਾਂ ਹੋ ਸਕਦੀ ਹੈ ਵੱਡੀ ਦੁਰਘਟਨਾ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ, ਭਾਰਤ ਵਿੱਚ ਜੁਗਾੜ ਇੱਕ ਆਮ ਗੱਲ ਹੈ। ਅਜਿਹੇ 'ਚ ਲੋਕ ਅਕਸਰ ਆਪਣੇ ਕੰਮ ਨੂੰ ਪੂਰਾ ਕਰਨ ਲਈ ਛੋਟੇ ਵੱਡੇ ਜੁਗਾੜ ਕਰਦੇ ਰਹਿੰਦੇ ਹਨ। ਫੋਨ ਦੇ ਕਵਰ ਵਿੱਚ ਨੋਟ ਜਾਂ ਨਕਾਰਡ ਰੱਖਣਾ ਵੀ ਇਹਨਾਂ ਟਰਿਕਾਂ ਵਿੱਚ ਸ਼ਾਮਲ ਹੈ, ਤਾਂ ਜੋ ਤੁਸੀਂ ਕਿਤੇ ਜਾਣ ਦੇ ਸਮੇਂ ਬਹੁਤ ਜ਼ਿਆਦਾ ਸਮਾਨ ਲੈ ਕੇ ਜਾਣ ਤੋਂ ਬਚ ਸਕੋ। ਸਾਰੇ ਲੋਕਾਂ ਨੂੰ ਆਪਣੇ ਨਾਲ ਘੱਟ ਸਮਾਨ ਲੈ ਕੇ ਜਾਣ ਦੀ ਆਦਤ ਹੈ। ਅਸੀਂ ਪੈਸੇ ਅਤੇ ਕਾਰਡ ਲੈ ਕੇ ਜਾਣ ਲਈ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ? ਇੱਥੇ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਗੱਲਾਂ ਬਾਰੇ ਵਿਸਤਾਰ ਨਾਲ ਦੱਸਣ ਜਾ ਰਹੇ ਹਾਂ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਦੋਸਤੋ, ਅਕਸਰ ਲੋਕ ਆਪਣੇ ਮੋਬਾਈਲ ਕਵਰ ਦੇ ਪਿੱਛੇ ਨੋਟ, ਸਿੱਕੇ ਅਤੇ ਚਾਬੀਆਂ ਸਮੇਤ ਕਈ ਚੀਜ਼ਾਂ ਰੱਖਦੇ ਹਨ, ਪਰ ਇਸ ਤਰ੍ਹਾਂ ਦਾ ਜੁਗਾੜ ਸਾਡੀਆਂ ਜਾਨਾਂ ਲਈ ਵੀ ਖਤਰਾ ਬਣ ਸਕਦਾ ਹੈ। ਜੇਕਰ ਤੁਸੀਂ ਨੋਟਾਂ ਨੂੰ ਫੋਨ ਦੇ ਕਵਰ ਦੇ ਪਿੱਛੇ ਸੁਰੱਖਿਅਤ ਢੰਗ ਨਾਲ ਰੱਖਦੇ ਹੋ ਤਾਂ ਤੁਹਾਡੀ ਇਹ ਆਦਤ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਫੋਨਾਂ ਦਾ ਅੱਗ ਲੱਗਣਾ ਜਾਂ ਸਪੋਰਟ ਹੋਣਾ ਬਹੁਤ ਆਮ ਗੱਲ ਹੋ ਗਈ ਹੈ। ਅੱਜ ਕੱਲ੍ਹ ਮੋਬਾਈਲ ਫੋਨਾਂ 'ਚ ਅੱਗ ਲੱਗਣਾ ਜਾਂ ਧਮਾਕਾ ਹੋਣਾ ਆਮ ਗੱਲ ਹੋ ਗਈ ਹੈ, ਪਰ ਇਸ ਦਾ ਕਾਰਨ ਸਾਡੀ ਲਾਪਰਵਾਹੀ ਹੋ ਸਕਦੀ ਹੈ। ਇਹ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਫੋਨ ਸਾਡਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫੋਨ ਦੀ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਵੀ ਇਸ ਦੀ ਕਾਰਨ ਹੋ ਸਕਦਾ ਹੈ। ਆਮ ਤੌਰ 'ਤੇ ਫੋਨ ਨੂੰ ਉਦੋਂ ਅੱਗ ਲੱਗਦੀ ਹੋ ਜਦੋਂ ਇਸ ਦੇ ਪ੍ਰੈਸ਼ਰ ਜਾਂ ਬੈਟਰੀ 'ਤੇ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ। ਇਸ ਤੋਂ ਇਲਾਵਾ ਗਲਤ ਕਿਸਮ ਦੇ ਫੋਨ ਕਵਰ ਕਾਰਨ ਅੱਗ ਲੱਗਣ ਦਾ ਵੀ ਖਤਰਾ ਹੁੰਦਾ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਆਮ ਤੌਰ 'ਤੇ ਫੋਨ ਵਿੱਚ ਪਲਾਸਟਿਕ ਕਵਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਵਰ ਪ੍ਰੋਸੈਸਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਨੂੰ ਜ਼ਿਆਦਾ ਗਰਮ ਕਰ ਸਕਦਾ ਹੈ। ਅਜਿਹੇ 'ਚ ਫੋਨ ਦੇ ਕਵਰ ਅੰਦਰ ਜਲਣਸ਼ੀਲ ਚੀਜ਼ਾਂ ਰੱਖਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਪ੍ਰੋਸੈਸਰ ਜ਼ਿਆਦਾ ਗਰਮ ਹੋਣ 'ਤੇ ਨੋਟ ਨੂੰ ਅੱਗ ਲੱਗ ਜਾਂਦੀ ਹੈ।